ਅਸਲਾਮੁਅਲੈਕੁਮ, ਕੀ ਹਾਲ ਚਾਲ ਸਾਰੇ ਵੀਰਾਂ ਦੋਸਤਾਂ ਦਾ ਭਰਾਵਾਂ ਦਾ? ਉਮੀਦ ਕਰਦੇ ਹਾਂ ਕਿ ਸਾਰੇ ਖੈਰ ਖਰੀਏ ਦੇ ਨਾਲ ਹੋਣਗੇ। ਅੱਜ ਭਾਈ ਆ ਪੱਠੇ ਵੱਢਣ ਆਏ ਹਾਂ ਭਾਈ ਛਾਨੇ ਦੇ ਨਾਲ। ਆਹ ਦੇਖੋ ਛਾਨੇ ਹੁਣੀ ਪਾ ਰਹੇ ਪੱਠੇ, ਬਾਬਾ ਖਾਦਮ ਵੱਢ ਰਿਹਾ ਵਾ। ਅਤੇ ਤਕਰੀਬਨ ਦਿਨ ਛਾਨਾ ਜੀ ਟਾਈਮ ਕੀ ਹੋ ਗਿਆ ਹੋਵੇਗਾ ਤੁਹਾਡੇ ਹਿਸਾਬ ਨਾਲ? ਨਹੀਂ ਦੇਖੋ ਕੀ ਟਾਈਮ ਹੋ ਗਿਆ, 10:08 ਹੋ ਗਏ ਆ। ਅਤੇ ਛਾਨਾ ਸਾਹਿਬ ਰੋਜ਼ ਇਹ ਗੱਲ ਕਹਿੰਦੇ ਕਿ ਆਪਾਂ ਨਾ ਸਵੇਰੇ ਤੜਕੇ ਪੱਠੇ ਵੱਢਣ ਆਉਣਾ ਵਾ। ਇਹ ਪਤਾ ਨਹੀਂ ਹੁਣ ਕਿਹੜਾ ਦਿਨ ਭਾਈ ਉਹ ਆਉਣਾ ਵਾ। ਰੋਜ਼ ਇਹੀ ਗੱਲ ਹੁੰਦੀ ਆ ਵੀ ਅੱਜ ਧੁੱਪ ਚੜ੍ਹ ਗਈ ਆ ਅਤੇ ਕੱਲ੍ਹ ਨੂੰ ਆਪਾਂ ਇਸ ਟਾਈਮ ਘਰ ਆਉਣਾ। ਵਰਗਾ ਰੋਜ਼ ਹੀ ਭਾਈ ਇਹ ਕੰਮ ਆ, ਆਪ ਵੀ ਧੁੱਪੇ ਸੜਦਾ ਵਾ ਨਾਲ। ਉਹ ਦੇਖੋ ਬਾਬਾ ਪੱਠੇ ਵੱਢ ਰਿਹਾ ਅਤੇ ਬਾਕੀ ਸਾਰੇ ਭਰਾਵਾਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ, ਸਪੋਰਟ ਕੀਤੀ ਸਾਨੂੰ। ਬਾਕੀ ਅਗਰ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ, ਉਹ ਸਾਡੀ ਰੇਹੜੀ ਖੜ੍ਹੀ ਆ ਭਾਈ, ਉਹ ਝੋਟਾ ਖੜ੍ਹਾ ਵਾ ਅਤੇ ਜਾਂਦੇ ਅਗਲੀ ਵੀਡੀਓ ਤੁਹਾਨੂੰ ਉਹਦੇ ਵਿੱਚ ਦਿਖਾਉਂਦੇ ਹਾਂ। ਆਹ ਸਾਡੇ ਭਾਈ ਪੱਠੇ ਖੜ੍ਹੇ ਆ, ਵੱਢ ਹੋ ਰਹੇ ਆ, ਪਾਣੀ ਵਾਲੀ ਬੋਤਲ ਆ। ਗਰਮੀ ਅੱਜ ਕੱਲ੍ਹ ਬਹੁਤ ਆ ਅਤੇ ਛਾਨੇ ਹੁਣੀ ਅਸਲ ਮੈਨੇ ਜੇ ਧੁੱਪ ਦੇ ਛਦਾਈ ਆ, ਇਸ ਵਜ੍ਹਾ ਤੋਂ ਭਾਈ ਧੁੱਪੇ ਭਾਈ ਹੁਣੀ ਕੰਮ ਦਿਖਾਉਂਦੇ ਆ, ਵੱਢਦੇ ਆ ਪੱਠੇ। ਆ ਭਾਈ ਰੇਹੜੀ ਜੋੜ ਰਹੇ ਹਾਂ, ਹੁਣ ਘਰ ਦੀ ਤਿਆਰੀ ਆ ਸਾਡੀ। ਜੋੜ ਲਓ ਛਾਨਾ ਸਾਹਿਬ ਰੇਹੜੀ ਹੁਣ। ਚਲ ਪਿੱਛੇ ਹੋ ਜਾ, ਚੱਲ ਵੇ। ਖਾਨਾ ਸਾਹਿਬ ਹੁਣ ਇੱਧਰ ਦੀ ਜਾਣਾ ਬਾਹਰੋਂ ਬਾਹਰ ਕੇ ਜਿੱਧਰ ਦੀ ਆਏ ਜਿੱਧਰ ਦੀ ਆਏ ਇੱਥੇ ਯਾਤਰੀ ਬਾਰਾਂ ਨੂੰ ਜਾ ਰਹੀ ਆ ਜੀ। ਸਾਡੇ ਪਿੰਡ ਦੀ ਪਿੰਡ ਨੂੰ ਇੱਧਰੋਂ ਆ ਰਹੀ ਆ ਅਤੇ ਇੱਧਰੋਂ ਬਾਰਾਂ ਨੂੰ ਸੜਕ ਜਾ ਰਹੀ ਆ ਜੀ। ਇਹ ਬਹੁਤ ਸਹੂਲਤ ਹੋਈ ਆ ਜੀ ਸੜਕ ਬਣਨ, ਆਵਾਮ ਸ਼ਹਿਰ ਨੂੰ ਇੱਧਰ ਨੂੰ ਆ ਜਾ ਸਕਦੀ ਇੱਥੋਂ ਸਾਣੀ, ਅਤੇ 10 ਵਾਲੇ ਬੰਦੇ 12 'ਚ 11 ਜਾ ਸਕਦੇ ਆ। ਇੱਧਰੋਂ ਗਾਂ ਮੇਨ ਰੋਡ ਤੇ ਵੀ ਚੜ ਸਕਦੇ ਆ ਜੀ। ਕੋਈ ਹੜਤਾਲ ਹੋ ਜਾਵੇ ਜਾਂ ਕਿੱਦਾਂ ਜੋ ਵੀ ਕੋਈ ਮਸਲਾ ਬਣ ਜਾਵੇ ਬੰਦੇ, ਇੱਧਰ ਦੀ ਸ਼ਾਰਟਕੱਟ ਰਾਸਤਾ ਹੈ, ਸ਼ਾਰਟਕੱਟ ਰਾਸਤਾ ਹੈਗਾ ਤੇ ਬਹੁਤ ਸਾਫ਼ ਸੁਥਰਾ। ਅਤੇ ਆਹ 2 ਟਾਵਰ ਲੱਗੇ ਹੋਏ ਆ ਸਾਡੇ ਪਿੰਡ 'ਚ, ਇੱਕ ਜ਼ੌਂਗ ਵਾਲਿਆਂ ਦਾ ਅਤੇ ਇੱਧਰ ਇੱਕ ਲੱਗਾ ਹੋਇਆ ਵਾ ਜੀ ਭਾਰਤ ਅਤੇ ਜੈਦ ਵਾਲਿਆਂ ਦਾ। ਪੱਠੇ ਲੈ ਕੇ ਭਾਈ ਹੁਣ ਘਰ ਜਾ ਰਹੇ ਹਾਂ। ਹਵਾ ਚੱਲ ਰਹੀ ਆ ਲੇਕਿਨ ਗਰਮੀ ਬੜੀ ਹੈ, ਫਿਰ ਵੀ ਗਰਮੀ ਦਾ ਮੌਸਮ ਹੈ ਛਾਨਾ ਜੀ, ਗਰਮੀ ਤਾਂ ਹੋਣੀ ਹੋਣੀ। ਸਾਡੇ ਪਿੰਡ ਦੀਆਂ ਕਲੋਨੀਆਂ ਜੀ ਕਲੋਨੀਆਂ ਬਦਰ ਟਾਊਨ, ਉੱਥੋਂ ਅੱਗੇ ਜੀ ਨਾਲ ਸਕੂਲ ਆ ਪੁਰਾਣਾ ਪਹਿਲਾਂ, ਇੱਧਰ ਜੀ ਹੈ ਹੈਗੀ ਡਿਸਪੈਂਸਰੀ, ਡਿਸਪੈਂਸਰੀ ਆ ਜੀ ਇਹ ਜਾਨਵਰਾਂ ਦੀ। ਆ ਗਰਮੀ ਦੀ ਵਜ੍ਹਾ ਤੋਂ ਭਾਈ ਬੱਕਰੀਆਂ ਛਾਂ 'ਤੇ ਬੈਠੀਆਂ ਵਾ। ਪਰ ਤੇਰੇ